और साइड से आकर जो है मुझे मेरे फेस पे हिट किया। और ਤਾਂ ਸੁਣੀ ਲਿਆ ਕਿ ਕਾਰਨ ਕੀ ਦੱਸਿਆ ਏ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ। ਉਸਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ਵੇਲੇ ਜਦ ਕੰਗਨਾ ਰਣੌਤ ਦੇ ਵੱਲੋਂ ਅੰਦੋਲਨ 'ਚ ਬੈਠੀਆਂ ਬੀਬੀਆਂ ਨੂੰ 100-100 ਰੁਪਏ 'ਤੇ ਲਿਆਉਣ ਵਾਲੀ ਕਿਹਾ ਸੀ, ਬਸ ਉਹੀ ਗੱਲ ਇਸ ਪੰਜਾਬਣ ਕੁਲਵਿੰਦਰ ਕੌਰ ਜੋ ਕਿ CISF ਦੀ ਮਹਿਲਾ ਮੁਲਾਜ਼ਮ ਹੈ ਇਸਦੇ ਮਨ ਦੇ ਵਿੱਚ ਖਟਕ ਰਹੀ ਸੀ। ਉਸੇ ਚੀਜ਼ ਨੂੰ ਲੈ ਕੇ ਏਅਰਪੋਰਟ 'ਤੇ ਜਿਵੇਂ ਹੀ ਕੰਗਨਾ ਰਣੌਤ ਆਈ ਉਵੇਂ ਹੀ ਕੁਲਵਿੰਦਰ ਕੌਰ ਦੇ ਵੱਲੋਂ ਜਿਹੜੀ ਕਿ ਸਵਾਲ ਕੀਤੇ ਗਏ, ਸਵਾਲ ਕਰਨ ਤੋਂ ਬਾਅਦ ਬਹਿਸਬਾਜ਼ੀ ਹੋਈ ਅਤੇ ਫਿਰ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਜੋ ਕਿ MP ਨੇ, ਮੌਜੂਦਾ MP ਨੇ, ਹੁਣੇ ਬਣੇ ਨੇ ਅਤੇ ਪਾਰਲੀਮੈਂਟ ਉਹਨਾਂ ਨੇ ਜਾਣਾ ਸੀ, ਉਹ ਚੰਡੀਗੜ੍ਹ ਏਅਰਪੋਰਟ 'ਤੇ ਉਤਰੇ ਅਤੇ ਉੱਥੇ ਇਹ CISF ਦੀ ਮਹਿਲਾ ਮੁਲਾਜ਼ਮ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਥੱਪੜ ਜੜ ਦਿੱਤਾ। ਤਾਂ ਬੇਹੱਦ ਵੱਡੀ ਖਬਰ ਹੈ, ਸਿਕਿਉਰਿਟੀ ਦੇ ਵਿੱਚ ਚੂਕ ਵੀ ਕਹਿ ਸਕਦੇ ਹੋ। ਇੱਕ MP ਜੋ ਕਿ ਮੈਂਬਰ ਆਫ ਪਾਰਲੀਮੈਂਟ ਹੈ ਉਹ ਲੋਕਾਂ ਦੇ ਵਿੱਚ ਸੁਰੱਖਿਅਤ ਨਹੀਂ ਹੈ। ਇਸ ਤਰੀਕੇ ਦੀ ਜਿਹੜੀ ਕਿ ਤਸਵੀਰਾਂ ਦੇਖਣ ਨੂੰ ਮਿਲੀਆਂ, ਦੇਖ ਸਕਦੇ ਹੋ ਕਿ ਕਿਵੇਂ ਥੱਪੜ ਜਿਹੜਾ ਕਿ ਇਸ ਮਹਿਲਾ ਮੁਲਾਜ਼ਮ ਦੇ ਵੱਲੋਂ ਜੜਿਆ ਗਿਆ। ਇਹ ਮਹਿਲਾ ਮੁਲਾਜ਼ਮ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਕਿ 100-100 ਵਾਲੀ ਜਿਨ੍ਹਾਂ ਨੂੰ ਕਿਹਾ ਸੀ ਉਹਨਾਂ 'ਚੋਂ ਇੱਕ ਮੇਰੀ ਮਾਂ ਵੀ ਸੀ। ਪੰਜਾਬਣ ਨੇ ਅਸਲ ਲੜਾਈ ਦਾ ਕਾਰਨ ਦੱਸਿਆ, ਕਿਸਾਨੀ ਅੰਦੋਲਨ ਵੇਲੇ ਦੀ ਗੱਲ ਕਰਕੇ ਥੱਪੜ ਜੜਿਆ ਗਿਆ। ਤਾਂ ਦੇਖ ਹੀ ਸਕਦੇ ਹੋ ਇਹ ਤਸਵੀਰਾਂ, ਇਹ CISF ਦੀ ਮਹਿਲਾ ਮੁਲਾਜ਼ਮ ਜਿਸ ਨੇ ਕੰਗਨਾ ਰਣੌਤ ਦੇ ਥੱਪੜ ਜੜਿਆ ਏ। ਅਤੇ ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਸਾਂਝੇ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਟੈਰਰ ਹੈ, ਇਸ ਥੱਪੜ ਦੀ ਗੂੰਜ ਬਹੁਤ ਦੂਰ ਤੱਕ ਜਾਵੇਗੀ। ਇੱਕ ਤਰੀਕੇ ਦੀ ਜਿਹੜੀ ਕਿ ਵਾਰਨਿੰਗ ਦੇ ਕੇ ਗਏ ਨੇ। ਘਟਨਾ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਮੈਂ ਠੀਕ ਹਾਂ। ਕਿਸਾਨੀ ਅੰਦੋਲਨ ਨੂੰ ਲੈ ਕੇ ਇਹ ਸਾਰੀ ਬਹਿਸ ਹੋਈ ਸੀ, ਉਹਨਾਂ ਨੇ ਸਪਸ਼ਟ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਥੱਪੜ ਦੀ ਗੂੰਜ ਬਹੁਤ ਦੂਰ ਤੱਕ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਪ੍ਰਸ਼ਾਸਨ ਕੀ ਐਕਸ਼ਨ ਲੈਂਦੇ ਨੇ, ਕੀ ਅੱਗੇ ਹੋਵੇਗਾ। ਜੁੜੇ ਰਹੋ ਨਿਊਜ਼ 18 ਨਾਲ। ਔਰ ਸਾਈਡ ਸੇ ਆਕਰ ਜੋ ਹੈ ਮੁਝੇ ਮੇਰੇ ਫੇਸ ਪੇ ਹਿਟ ਕੀਆ ਔਰ ਤਾਂ ਸੁਣੀ ਲਿਆ ਕਿ ਕਾਰਨ ਕੀ ਦੱਸਿਆ ਏ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ। ਉਸਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ਵੇਲੇ ਜਦ ਕੰਗਨਾ ਰਣੌਤ ਦੇ ਵੱਲੋਂ ਅੰਦੋਲਨ 'ਚ ਬੈਠੀਆਂ ਬੀਬੀਆਂ ਨੂੰ 100-100 ਰੁਪਏ 'ਤੇ ਲਿਆਉਣ ਵਾਲੀ ਕਿਹਾ ਸੀ, ਬਸ ਉਹੀ ਗੱਲ ਇਸ ਪੰਜਾਬਣ ਕੁਲਵਿੰਦਰ ਕੌਰ ਜੋ ਕਿ CISF ਦੀ ਮਹਿਲਾ ਮੁਲਾਜ਼ਮ ਹੈ ਇਸਦੇ ਮਨ ਦੇ ਵਿੱਚ ਖਟਕ ਰਹੀ ਸੀ। ਉਸੇ ਚੀਜ਼ ਨੂੰ ਲੈ ਕੇ ਏਅਰਪੋਰਟ 'ਤੇ ਜਿਵੇਂ ਹੀ ਕੰਗਨਾ ਰਣੌਤ ਆਈ ਉਵੇਂ ਹੀ ਕੁਲਵਿੰਦਰ ਕੌਰ ਦੇ ਵੱਲੋਂ ਜਿਹੜੀ ਕਿ ਸਵਾਲ ਕੀਤੇ ਗਏ, ਸਵਾਲ ਕਰਨ ਤੋਂ ਬਾਅਦ ਬਹਿਸਬਾਜ਼ੀ ਹੋਈ ਅਤੇ ਫਿਰ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਜੋ ਕਿ MP ਨੇ, ਮੌਜੂਦਾ MP ਨੇ, ਹੁਣੇ ਬਣੇ ਨੇ ਅਤੇ ਪਾਰਲੀਮੈਂਟ ਉਹਨਾਂ ਨੇ ਜਾਣਾ ਸੀ, ਉਹ ਚੰਡੀਗੜ੍ਹ ਏਅਰਪੋਰਟ 'ਤੇ ਉਤਰੇ ਅਤੇ ਉੱਥੇ ਇਹ CISF ਦੀ ਮਹਿਲਾ ਮੁਲਾਜ਼ਮ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਥੱਪੜ ਜੜ ਦਿੱਤਾ। ਤਾਂ ਬੇਹੱਦ ਵੱਡੀ ਖਬਰ ਹੈ, ਸਿਕਿਉਰਿਟੀ ਦੇ ਵਿੱਚ ਚੂਕ ਵੀ ਕਹਿ ਸਕਦੇ ਹੋ। ਇੱਕ MP ਜੋ ਕਿ ਮੈਂਬਰ ਆਫ ਪਾਰਲੀਮੈਂਟ ਹੈ ਉਹ ਲੋਕਾਂ ਦੇ ਵਿੱਚ ਸੁਰੱਖਿਅਤ ਨਹੀਂ ਹੈ। ਇਸ ਤਰੀਕੇ ਦੀ ਜਿਹੜੀ ਕਿ ਤਸਵੀਰਾਂ ਦੇਖਣ ਨੂੰ ਮਿਲੀਆਂ, ਦੇਖ ਸਕਦੇ ਹੋ ਕਿ ਕਿਵੇਂ ਥੱਪੜ ਜਿਹੜਾ ਕਿ ਇਸ ਮਹਿਲਾ ਮੁਲਾਜ਼ਮ ਦੇ ਵੱਲੋਂ ਜੜਿਆ ਗਿਆ। ਇਹ ਮਹਿਲਾ ਮੁਲਾਜ਼ਮ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਕਿ 100-100 ਵਾਲੀ ਜਿਨ੍ਹਾਂ ਨੂੰ ਕਿਹਾ ਸੀ ਉਹਨਾਂ 'ਚੋਂ ਇੱਕ ਮੇਰੀ ਮਾਂ ਵੀ ਸੀ। ਪੰਜਾਬਣ ਨੇ ਅਸਲ ਲੜਾਈ ਦਾ ਕਾਰਨ ਦੱਸਿਆ, ਕਿਸਾਨੀ ਅੰਦੋਲਨ ਵੇਲੇ ਦੀ ਗੱਲ ਕਰਕੇ
ਥੱਪੜ ਜੜਿਆ ਗਿਆ। ਤਾਂ ਦੇਖ ਹੀ ਸਕਦੇ ਹੋ ਇਹ ਤਸਵੀਰਾਂ, ਇਹ CISF ਦੀ ਮਹਿਲਾ ਮੁਲਾਜ਼ਮ ਜਿਸ ਨੇ ਕੰਗਨਾ ਰਣੌਤ ਦੇ ਥੱਪੜ ਜੜਿਆ ਏ। ਅਤੇ ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਸਾਂਝੇ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਟੈਰਰ ਹੈ, ਇਸ ਥੱਪੜ ਦੀ ਗੂੰਜ ਬਹੁਤ ਦੂਰ ਤੱਕ ਜਾਵੇਗੀ, ਇੱਕ ਤਰੀਕੇ ਦੀ ਜਿਹੜੀ ਕਿ ਵਾਰਨਿੰਗ ਦੇ ਕੇ ਗਏ ਨੇ। ਘਟਨਾ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਮੈਂ ਠੀਕ ਹਾਂ, ਕਿਸਾਨੀ ਅੰਦੋਲਨ ਨੂੰ ਲੈ ਕੇ ਇਹ ਸਾਰੀ ਬਹਿਸ ਹੋਈ ਸੀ, ਉਹਨਾਂ ਨੇ ਸਪਸ਼ਟ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਥੱਪੜ ਦੀ ਗੂੰਜ ਬਹੁਤ ਦੂਰ ਤੱਕ ਜਾਏ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਪ੍ਰਸ਼ਾਸਨ ਕੀ ਐਕਸ਼ਨ ਲੈਂਦੇ ਨੇ, ਕੀ ਅੱਗੇ ਹੋਵੇਗਾ। ਜੁੜੇ ਰਹੋ ਨਿਊਜ਼ 18 ਨਾਲ।